दोस्तों अगर हमारी वीडियो अच्छी लगे तो सब्सक्राइब जरूर करें। बड़ा गले पे आ चढ़िया, मैं असाब पे आ चढ़िया, इस नौकरी नाल तो मैं इन्हें चंगा पिछाड़ खड़ो उत्ता चली जाती उत्ता चली जाती। अकेले आया, मेरी बकरी निकल गई है, बकरी निकल गई। हाय 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 हाय, कैसा पुट्ठा जमाना आ गया, हुण बकरियां ही निकल लग पईयां ना। केड़े रंग दी आई? चिट्टे रंग दी आई। ते मोड़ोस निकलना ना आई, तू किथे किथे आ तू? मैं बाजार च आ, मुझे दुध लेण गया। बाजार ते जावण दा मकसद ही कोई नहीं, पता ना या मैं बकरी घर कर ली है, ओस निकलना है निकलना है। थोड़ा जा गेर रहे होवे ना, ए बकरी आपे गई है या तई थो चली हो गई है? आपे गई है जी। ओए आपे गई है ता तू किथे आ, किथे आ तू? है तू किथे आ? है मैं तू चली गई है, किथे आ तू? ओ मैं तू चली हो गई है। ओए नु लमे पायो पायो, ओ थाकी थाकी ਆਪਲਾ ਮੈਨੂੰ ਵੀ ਗੱਲ ਸੁਣਾ ਦੋ। ਮੈਂ ਤਾਂ ਪੜ੍ਹ ਲਈ ਨਹੀਂ। ਹਾਂ ਹਾਂ, ਮੈਂ ਨਹੀਂ ਲਿਖਾਂਗਾ। ਨਹੀਂ ਲਿਖਾਂਗਾ, ਨਹੀਂ ਲਿਖਾਂਗਾ। ਚਲੋ ਜਾ ਛੋੜ, ਐਂਦਾ ਵਾਸਤੇ ਘਰ ਕੱਲਾ ਛੱਡ ਕੇ ਨਾ ਗਾਇ ਕਰੋ ਕਿਦਾ। ਬੱਕਰੀ ਹੋਵੇ ਤੇ ਚਾਹੇ ਬੱਕਰੀ ਹੋਵੇ, ਠੀਕ ਹੈ। ਇਹਦਾ ਗੁੱਠ ਲਵਾਇਓ, ਇਹਨੂੰ ਘਰ ਘਰ ਛੱਡੋ। ਟੋਪੀ ਘਰ ਕੱਲਾ ਛੱਡ ਕੇ ਬੱਕਰੀਆਂ, ਮੁੜ ਕੁਛ ਦੇਰ ਬੱਕਰੀ ਕਿਤੇ ਨਿਕਲੀ ਹੈ? ਉਹ ਛੋੜਾ ਹੈ ਜੀ ਸਰ ਜੀ, ਛੋੜਾ ਹੈ। ਹੈ ਜੀ, ਚਾਹੇ ਇਹਨੂੰ ਹੋਰ ਦੇ ਦੂਰ ਕਿਦਾ ਛੋੜਨਾ ਯਾਰ? ਦੂਰ ਛੋੜਾ ਹੈ ਜੀ। ਇਹੋ ਜਿਹੇ ਬੰਦੇ ਮੇਰੇ ਥਾਣੇ 'ਚ ਆ ਜਾਂਦੇ, ਇਕੱਲਾ ਘਰ ਛੱਡ ਕੇ ਅੱਖ ਅਸੀਂ ਸਬਜ਼ੀ ਲੈਣ ਵਗ ਗਏ, ਆ ਸਬਜ਼ੀ ਇਕੱਲਾ ਘਰ ਕਰ ਲੈਂਦੇ। ਆ ਤੁਸੀਂ ਨਹੀਂ ਸਮਝਾ ਆਇਓ, ਸਮਝਾ ਲੈ ਮੂੰਹ ਉੱਤੇ ਤਾਕ ਬਰਸਾਓ, ਇਹ ਕਰ ਮੇਰਾ ਦਿਮਾਗ ਨਾ ਖਰਾਬ ਕਰੋ। ਆਇਓ, ਆ ਤੂੰ ਕਿਵੇਂ ਆਇਆ? ਮੈਂ ਜੀ ਸਲਾਮ ਕਰਨਾ। ਸਲਾਮ ਹੋ ਰਹੀ ਹੈ? ਆ ਇੱਥੋਂ ਨਿਕਲਣਾ ਨਹੀਂ ਘਰ। ਮਲੋਮ ਦਾ ਮੈਂ ਹੱਥ ਛੋੜ ਕੇ ਸਾਈਕਲ ਚਲਾਈਨਾ, ਸਲਾਮ ਕਰਨ ਆਇਆ ਸਲਾਮ, ਮੂੰਹੇ ਵਧੇ ਆਉਂਦੇ ਇਹਨਾਂ ਨੂੰ ਤੁਸੀਂ ਵੀ ਨਹੀਂ ਸਮਝਾਈਂਦੇ? ਆਇਓ, ਇਹਨਾਂ ਬੰਦਿਆਂ ਕੋ ਸਭ ਅਕਲ ਕੋਈ ਇਹਨਾਂ ਦੇ ਪਾਇਓ, ਅਕਲ ਦੀ ਰੱਤੀ ਪਾਇਓ, ਭਾਟਕ ਕੋਲ ਆਵੇਣ ਅਦਬ ਨਾਲ ਬਵੇਣ। ਇਹ ਨਹੀਂ ਜੋ ਆਖਿਰ ਅਸੀਂ ਮੂੰਹੇ ਵਧਿਆ, ਜਦੋਂ ਮੈਨੂੰ ਮੂੰਹ ਨਹੀਂ ਆਉਂਦੀ ਕਿਸੇ ਬੰਦੇ ਕਾਣ, ਇਹ ਕਿਉਂ ਮੂੰਹ ਦੇ? ਆਇਓ, ਨਿਕਲਦੀਆਂ ਚਿੱਟੇ ਰੰਗ ਦੀਆਂ ਨਿਕਲਦੀਆਂ, ਕਾਲੀਆਂ ਨੂੰ ਤਾਂ ਕੋਈ ਹੱਥ ਹੀ ਨਹੀਂ ਪੈਂਦਾ। ਅੱਛਾ, ਚੋਰ ਤਾਂ ਮੁੜ ਇੱਕੋ ਹੋਇਆ ਨਾ, ਤਾਂ ਤੂੰ ਇੱਥੇ ਕਿਉਂ ਖਲੋਤਾ? ਨਿਕਲਣ ਵਾਲੀ ਘਰ ਦਫੋ ਇੱਥੋਂ ਥਾਣੇ ਤੋਂ, ਪਰਾ ਨਿਕਲ ਜਾ, ਮੋੜੋ ਰਵੇਦੀ ਨਿਕਲ ਜਾ ਪਰਾ। ਦਸ ਮਿੰਟ ਪਹਿਲੇ ਪਹਿਲੇ ਅਮਰ ਯਾਰ ਜੀ ਸਰ, ਤੂੰ ਮੈਂ ਸਿਆਣਾ ਜੀ ਹਾਂ, ਦਸ ਮਿੰਟ ਤੂੰ ਪਹਿਲੇ ਪਹਿਲੇ ਇੱਥੇ ਚੋਰ ਹੋਵੇ, ਵਰਨਾ ਫਾਟਕ ਨੂੰ ਤਾਂ ਜਾਣਦੇ ਹੋ, ਇੱਥੋਂ ਆਖਰੀ ਛੇਕ ਲਾਈਫਾ ਆਖਰੀ ਬੱਕਰੀ ਨਿਕਲ ਸਕਦੀ? ਤੁਸੀਂ ਦੱਸੋ ਮੇਰਾ ਵੀਰਾ, ਬੱਕਰੀ ਨਿਕਲ ਸਕਦੀ? ਨਹੀਂ, ਜਦੋਂ ਮਾਲਕ ਘਰ ਹੀ ਕਹਿੰਦੇ ਉਸ ਆਪੇ ਨਿਕਲਣਾ ਹੀ ਆ। ਨਹੀਂ ਨਿਕਲਣਾ, ਫਾਟਕ ਦਾ ਗੁਨਾਹ ਹੈ, ਇਹਨਾਂ ਦਾ ਅਕਲ ਨਹੀਂ ਕੰਮ ਕਰਨ ਦਾ। ਕਲੀਆਂ ਬੱਕਰੀਆਂ ਘਰ ਚ ਛੋੜਨੀਆਂ, ਉਹਨਾਂ ਨੂੰ ਆਖਣਾ ਜਾਹੋ ਚਾਰ ਆਓ, ਅੱਗਾ ਭਾਵੇਂ ਉਹ ਚਰਨ ਜਾਵਣ ਤੇ ਭਾਵੇਂ ਨਿਕਲ ਜਾਵਣ, ਚੋਰਾਂ ਦੇ ਹੱਥੀ ਚੜਨੀਆਂ ਨਹੀਂ, ਇਹ ਚੜਦੀਆਂ ਚੋਰਾਂ ਦੇ ਹੱਥੀ। ਆਹ ਇੱਕ ਬੰਦਾ ਲੱਦਾ ਹੈ ਬੱਠੇ ਦੇ ਪਰਲੇ ਪਾਸੋਂ ਬੱਕਰੀ ਲੈ ਕੇ ਜਾ ਰਿਹਾ। ਅੱਛਾ, ਉਹ ਇੱਧਰ ਆਵੇ ਨਾ, ਇਹਨੂੰ ਇੱਧਰ ਖੜਿਆ ਕਰ, ਇਹਨੂੰ ਇੱਕ ਛੱਡ ਦਿਓ, ਖੁੱਲਾ ਛੱਡ ਦਿਓ, ਪਿੱਛਾ ਪਿੱਛਾ ਛੱਡ ਦਿਓ। ਆਇਓ, ਇਹ ਗਾਟੇ 'ਚ ਕੈਸੇ
ਬੱਕਰੀ ਨੂੰ ਥੋੜੇ ਜਿਹੇ ਚੂਣੇ ਪੱਟੇ ਨੀ, ਬਾਕੀ ਦਾ ਬੰਦਾ ਕਿਤੇ ਆ, ਬਾਕੀ ਦਾ ਬੰਦਾ ਆ ਬੰਦੇ ਨਾ ਕੈਮਰੇ ਆਇਓ ਮੇਰੇ ਫੋਟੋ ਛੇਕ ਤੇ ਵੱਲ ਵੀ ਖਾ ਜਾ ਕੇ ਗਰ ਆਏ ਪਰ ਰੱਖ ਆਇਓ ਜਾਦੂਗਰਨੀ ਦੇ ਪੋਤਰਾ ਆ ਕੇ ਹੀ ਬੁਲਾਇਆ ਗੱਲਾਂ ਕਰੇ ਨਾ ਇਹ ਫੁੱਫੇ ਲੱਗਦੀ ਹੈ ਹੈ ਇਹ ਗੱਲਾਂ ਕਰੇ ਦੀ ਆਪਾਂ ਇੱਥੋਂ ਕਿਸੇ ਬੁੱਢੜੀ ਦਾ ਛਿੱਕਿਆ ਹੀ ਬਾਕੀ ਦੀ ਬੁੱਢੜੀ ਕਿੱਥੇ ਗੱਤੀ ਆ ਕਿੱਥੇ ਗੱਤੀ ਆ ਬਾਕੀ ਦੀ ਬੁੱਢੜੀ ਬੱਕਰੀ ਦੇ ਵਾਲ ਹਨ ਜੀ ਇਹ ਬੱਕਰੀ ਦੇ ਵਾਲ ਆਇਓ ਇਹ ਬੱਕਰੀ ਹੈ ਜਾਂ ਸਨਾਨਾ ਹੈ ਆਇਆ ਇੱਥੋਂ ਬਾਅਦ ਇਹ ਕੀ ਹੋ ਜਾ ਚੋਰ ਤੁਸੀਂ ਆ ਕੀ ਹੈ ਬੱਕਰੀ ਦੀ ਟੱਲੀ ਹੈ ਜੀ ਤੇ ਤੇਰੇ ਗਾਲ ਕੋੜੀ ਲੱਗਦੀ ਹੈ ਇੱਥੇ ਪਾ ਆਇਓ ਟੈਡੀ ਬੱਕਰੀ ਦੇ ਪੋਤਰਾ ਅਜੀਬ ਚੀਜ਼ਾਂ ਪਈਆਂ ਨਿਕਲਦੀਆਂ ਨਾ ਗੱਲ ਸਹੀ ਸਹੀ ਦੱਸੇ ਤੋ ਫਾਟਕ ਐਸ ਐਚ ਓ ਨੂੰ ਨਹੀਂ ਜਾਣਦਾ ਮੈਂ ਤਾਂ ਫਾਟਕ ਐਸ ਐਚ ਓ ਪਿਓ ਦੀਆਂ ਆਂਦਰਾ ਕੱਢ ਲਈ ਤੁਨ ਪਤਾ ਹੀ ਮਸ਼ਹੂਰੀ ਹੈ ਮੇਰੀ ਆਮਦਾ ਕਿਦੋਂ ਪਿਆ ਘਰੋਂ ਜੀ ਘਰੋਂ ਤਾਂ ਆਉਂਦਾ ਪਿਆ ਲਾਂਤੀ ਆ ਕਿਹੜੇ ਪਾਸੂ ਹੋ ਕੇ ਆਉਂਦਾ ਪਿਆ ਇਹ ਪਾਸ ਜੀ ਇਹ ਪਾਸੂ ਹੋ ਕੇ ਪੱਕੇ ਕਿਹੜੇ ਸ਼ਹਿਰ ਚੋਂ ਆਉਂਦਾ ਪਿਆ ਇਹ ਤੋਂ ਪਿਛਲੇ ਸ਼ਹਿਰ ਚੋਂ ਜੀ ਆਇਓ ਦਾ ਕੋਈ ਨਾ ਮੈਂ ਤੈਨੂੰ ਆਨਾ ਸ਼ਹਿਰ ਦਾ ਨਾਂ ਕੋਈ ਨਹੀਂ ਆਉਂਦਾ ਵਿੱਜੂ ਦੇ ਫਾਲਾ ਸ਼ਹਿਰ ਦਾ ਨਾਂ ਦੱਸ ਜਲਦੀ ਕਰ ਕਬੀਰ ਵਾਲੇ ਚੋਂ ਜੀ ਤੇਰਾ ਨਾਂ ਕੀ ਹੈ ਗੁਲਾਮ ਬਾਸ ਉਰਫ ਭੱਟੀ ਤੇ ਪੋਤਰ ਕਹਿੰਦਾ ਹੈ ਮੈਂ ਮੁਨਸ਼ੀ ਮੁਹੰਮਦ ਅਜਮਲ ਦਾ ਪੋਤਰਾ ਮੁਨਸ਼ੀ ਮੁਹੰਮਦ ਅਜਮਲ ਉਹ ਤਾਂ ਨਹੀਂ ਜਿਹੜਾ ਮੁਰਤਜ਼ਾ ਦੀ ਦੁਕਾਨ ਦੇ ਸਾਹਮਣੇ ਗਲੀ ਚ ਰਹਿੰਦਾ ਹੈ ਜੀ 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 ਉਹ ਇਹਨੂੰ ਲੰਮਾ ਕਰ ਬੱਕਰੀ ਰੱਖ ਗਿਲੋ
ਮਾਰੇ ਵਾਸਤੇ ਫਾਇਦੇ ਦੀ ਗੱਲ ਏ। ਇਹ ਬੱਕਰੀ ਬੜੀ ਦਾ ਪਠੋਰਾ ਇੱਕ ਇੱਕ ਡਾਢਾ ਹਜ਼ਾਰ ਦਾ ਵਿਕਦੇ। ਅੱਛਾ ਤੇਰੀ ਕੀ ਸਲਾਹ ਹੈ? ਤੁਸੀਂ ਆਪ ਸਮਝਦਾਰ ਹੀ ਵੇ। ਅੱਛਾ ਓਏ ਅਹਿਮਦ ਯਾਰ। ਜੀ ਸਰ। ਬੱਕਰੀ ਦਾ ਸ਼ਨਾਖਸ਼ੀ ਕਾਰਡ ਅਤੇ ਕਾਗਜ਼ ਜਮ੍ਹਾਂ ਕਰਾ ਦਿਓ ਅਤੇ ਬਾਹਰ ਰੱਖ ਕੇ ਬੱਕਰੀ ਡਾਕ ਛੱਡੋ। ਯੈਸ ਸਰ। ਇਹਨੂੰ ਜਿਹੜਾ ਬਾਈ ਸਾਥ ਦੁੱਧ ਪੱਤੀ ਪਿਵਾ ਕੇ ਇਹਨੂੰ ਘਰ ਛੱਡ ਆਓ। ਠੀਕ ਹੈ ਸਰ। ਲਾ ਲਵੀਏ ਸਰ ਜੀ। ਹਾਂਜੀ ਲਾ ਲਾ। ਹੁਣ ਖੁੱਲੋ ਕੇ ਬਹਾਓ, ਕਿਉਂਕਿ ਮੁਨਸ਼ੀ ਅਜਮਲ ਇਹ ਮੇਰਾ ਵੀਰਾ ਹੋਇਆ, ਇਮਾਨ ਨਾ ਥੱਕਾ ਵੀਰਾ। ਬੱਕਰੀ ਦਿੱਤੀ ਹੋਈ ਨਾ ਦੰਮੀ ਕਾਸ਼ ਹੋਰ ਵੀ ਦੇ ਜਾਵੇ, ਫਾਟਕ ਤਾਂ ਇੱਕ ਦੁਆਈ ਕਰੇ ਅਸੀਂ। ਯੈਸ ਸਰ। ਸਲੂਟ ਚੰਗੀ ਤਰ੍ਹਾਂ ਨਹੀਂ ਮਾਰੇ, ਇਹ ਸਲੂਟ ਮਾਰ ਲਾਟ ਵੱਧ ਜਾਵੇ ਇੰਜ ਕੰਮ ਕਰ। ਜਿਸ ਨੂੰ ਬਾਈ ਸਾਹਿਬ ਰੋਟੀ ਅਤੇ ਉਹ ਵੀ ਗੋਜਰੀ ਨਾਲ ਖਵਾਉਣੀ। ਬਾਈ ਸਾਹਿਬ ਘਰ ਛੱਡ ਆਓ ਅਤੇ ਆਹ ਸਮਾਨ ਵੀ ਇੱਥੇ ਰੱਖਾਓ ਭਲਾ। ਸਰ ਜੀ ਇਹ ਸਮਾਨ ਬਾਕੀ ਮੈਂ ਰੱਖ ਲਵਾਂ। ਆਇਓ ਤੂੰ ਮਾਸੀ ਦੀ ਸ਼ਾਦੀ ਕਰਨੀ ਹੈ। ਇਹ ਜਾਦੂਗਰਾਂ ਦਾ ਸਮਾਨ ਹੈ ਤਾਂ ਇੰਨੇ ਘਰ ਜਾਦੂ ਪਾਏ ਜਸਦੇ ਉਹ ਤਾਂ ਆਪ ਮੈਨੂੰ ਜੇਲ ਦਾ ਬੱਚਾ ਵੱਲੋਂ ਮੁੱਦ ਮੈਂ ਥਾ ਨਹੀਂ ਪਿਆ ਭੂਤਣਿਆਂ ਤਾਰਾ ਤਸ਼ੱਕਾ ਲੈ। ਮੈਂ ਜ਼ਰਾ ਮੀਟਿੰਗ 'ਤੇ ਜਾਂਦਾ ਪਿਆ, ਇਹਨੂੰ ਬਾਈ ਸਾਹਿਬ ਘਰ ਛੱਡ ਆਓ। ਯੈਸ ਸਰ।